اب میں نظم کے لیے دعوت سخن دوں گا جناب محترم حکیم حاجی محمد اشرف صاحب کو کہ وہ تشریف لائیں اور اپنے جذبات کا اظہار فرمائیں۔ السلام علیکم ورحمۃ اللہ۔ دنیا وچ رہ کے بندیاں، اس دنیا وچ رہ کے بندیاں رب نوں نہ بھلاونا، کر لے کوئی نیکی ویلا ہتھیں نہیں آونا۔ اے دنیا جے فانی ایتھوں سبنا تر جانا، کر لے کوئی نیکی ویلا ہتھیں نہیں آونا۔ پڑھ بسم اللہ ہاتھ قلم نوں لاواں میں، پڑھ بسم اللہ ہاتھ قلم نوں لاواں میں، سجدے وچ سر رکھ رب نوں مناواں میں۔ جے ہو گیا راضی مولا پھر جنت نوں جانا، دنیا وچ رہ کے نہ توں رب نوں بلانا۔ پھر لکھاں درود سرور دعاں جہاناں تے، دتا رب شان جس نوں جنہاں انساناں تے، سونے محمد پہنچے سلام، سونے محمد پہنچے ستایا سمانا تے، اللہ راضی میں آمد تائیں سیر کرامنا، کر لے کوئی نیکی ویلا ہتھیں نہیں آونا۔ اے دنیا جے فانی ایتھے دل نوں لاونا، کر لے کوئی نیکی جنے تیرے کم آونا۔ سات دسمبر دن، سات دسمبر دن ہفتے دا آیا ہے، 2019 سن مکن نوں آیا ہے، ٹاؤنشپ لاہور والیاں
ਜਲਸਾ ਕਰਾਇਆ ਏ ਮੁਖਾਲਫਾਂ ਦੀ ਸਾਜ਼ਿਸ਼ ਜਲਸਾ ਬੰਦ ਕਰਾਉਣਾ ਕਰ ਲੈ ਕੋਈ ਨੇਕੀ ਵੇਲਾ ਹੱਥੀ ਨਿਆਉਣਾ ਖਤਮੇ ਨਬੂਵਤ ਜਲਸਾ ਖਤਮੇ ਨਬੂਵਤ ਜਲਸਾ ਟੋਮ ਛੇਪ ਹੋਣਾ ਸੀ ਨਬੀ ਦਿਆਂ ਮੁਕਰਾਂ ਘਰ ਪੈ ਗਿਆ ਰੋਣਾ ਸੀ ਖਤਮੇ ਨਬੂਵਤ ਜਲਸਾ ਟੋਮ ਛੇਪ ਹੋਣਾ ਸੀ ਨਬੀ ਦੇ ਮੁਨਕਰਾਂ ਘਰ ਪੈ ਗਿਆ ਰੋਣਾ ਸੀ ਰੱਬ ਦੀ ਤਕਦੀਰੋਂ ਇਹ ਜਲਸਾ ਨਾ ਹੋਣਾ ਸੀ ਕਰਕੇ ਮੁਖਾਲਫਤ ਜਲਸਾ ਬੰਦ ਕਰਾਵਣਾ ਕਰ ਲੈ ਕੋਈ ਨੇਕੀ ਜਿੰਨੇ ਤੇਰੇ ਕੰਮ ਆਉਣਾ ਟਾਊਨਸ਼ਿਪ ਵਾਲਿਆਂ ਟਾਊਨਸ਼ਿਪ ਵਾਲਿਆਂ ਮੇਰੇ ਪੋਤੇ ਏਸਾਨ ਨੂੰ ਸੱਦਿਆ ਸੀ ਜਲਸੇ ਦੀ ਮੂਵੀ ਬਣਾਉਣ ਨੂੰ ਟਾਊਨਸ਼ਿਪ ਵਾਲਿਆਂ ਮੇਰੇ ਬੇਟੇ ਏਸਾਨ ਨੂੰ ਸੱਦਿਆ ਸੀ ਜਲਸੇ ਦੀ ਮੂਵੀ ਬਣਾਉਣ ਨੂੰ ਇਹ ਨਹੀਂ ਸੀ ਪਤਾ ਮੇਰੇ ਪੋਤੇ ਏਸਾਨ ਨੂੰ ਬੰਬ ਦੇ ਧਮਾਕੇ ਨਾਲ ਪੇਟ ਫਟ ਜਾਣਾ ਕਰ ਲੈ ਕੋਈ ਨੇਕੀ ਜਿੰਨੇ ਤੇਰੇ ਕੰਮ ਆਉਣਾ ਮੌਕੇ ਤੇ ਇੱਕ ਬੱਚਾ ਹਾਫਜ਼ੇ ਕੁਰਾਨ ਸੀ ਮੌਕੇ ਤੇ ਇੱਕ ਬੱਚਾ ਹਾਫਜ਼ੇ ਕੁਰਾਨ ਸੀ ਚੱਲਿਆ ਜਦੋਂ ਬੰਬ ਆਪਣੀ ਖੋ ਬੈਠਾ ਜਾਣ ਸੀ ਪਹੁੰਚਿਆ ਬੱਚਾ ਸਿੱਧਾ ਜੰਨਤ ਮਕਾਨ ਸੀ ਉਸ ਦਿਆ ਵਾਫਨ ਵੱਲਾ ਤੂੰ ਸਬਰ ਆਤਾਮ ਨਾ ਕਰ ਲੈ ਕੋਈ ਨੇਕੀ ਜਿੰਨੇ ਤੈਨੂੰ ਬਚਾਉਣਾ ਅੱਠ ਸੱਤ ਜ਼ਖਮੀਆਂ ਵਿੱਚੋਂ ਅਲੀਲ ਇਹਸਾਨ ਸੀ ਅੱਠ ਸੱਤ ਜ਼ਖਮੀਆਂ ਵਿੱਚੋਂ ਅਲੀਲ ਇਹਸਾਨ ਸੀ ਐਂਬੂਲੈਂਸ ਜਨਾ ਹਸਪਤਾਲ ਰਵਾਨ ਸੀ ਡਾਕਟਰਾਂ ਸਾਰਿਆਂ ਦਾ ਹਾਫਜ਼ ਇਹਸਾਨ ਵੱਲ ਧਿਆਨ ਸੀ ਫੌਰਨ ਆਪਰੇਸ਼ਨ ਥੀਏਟਰ ਵੱਲ ਲੈ ਜਾਵਣਾ ਕਰ ਲੈ ਕੋਈ ਨੇਕੀ ਜਿੰਨੇ ਤੇਰੇ ਕੰਮ ਆਉਣਾ ਸਾਰਿਆਂ ਡਾਕਟਰਾਂ ਆਪਣੀਆਂ ਵਾਹਾਂ ਲਾਈਆਂ ਨੇ ਸਾਰਿਆਂ ਡਾਕਟਰਾਂ ਆਪਣੀਆਂ ਵਾਹਾਂ ਲਾਈਆਂ ਨੇ ਸਭ ਭੈਣਾਂ ਤੇ ਭਾਈਆਂ ਦੁਆਵਾਂ ਕੀਤੀਆਂ ਮਾਈਆਂ ਨੇ ਅੱਲਾ ਸਭ ਦੀਆਂ ਦੁਆਵਾਂ ਕਬੂਲ ਫਰਮਾਈਆਂ ਨੇ ਮੇਰੇ ਇਹਸਾਨ ਨੂੰ ਅੱਲਾ
ਮੌਤੋਂ ਬਚਾਵਣਾ, ਕਰ ਲੈ ਕੋਈ ਨੇਕੀ ਵੇਲਾ ਹੱਥੀ ਨਹੀਂ ਆਵਣਾ। ਇਸ ਦੁਨੀਆ ਵਿੱਚ ਰਹਿ ਕੇ ਬੰਦਿਆ, ਇਸ ਦੁਨੀਆ ਵਿੱਚ ਰਹਿ ਕੇ ਬੰਦਿਆ ਨਾ ਰੱਬ ਨੂੰ ਭੁਲਾਵਣਾ, ਕਰ ਲੈ ਕੋਈ ਨੇਕੀ ਵੇਲਾ ਹੱਥੀ ਨਹੀਂ ਆਵਣਾ। ਅੱਲਾਹ ਨੇ ਹਾਜੀ ਇਨਾਇਤੁੱਲਾ ਉੱਤੇ ਕਰਮ ਫਰਮਾਇਆ ਏ, ਅੱਲਾਹ ਨੇ ਹਾਜੀ ਇਨਾਇਤੁੱਲਾ ਉੱਤੇ ਕਰਮ ਫਰਮਾਇਆ ਏ, ਵੱਡੀ ਅਜ਼ਮੈਸ਼ੋਂ ਅੱਲਾਹ ਇਨਸਾਨ ਨੂੰ ਬਚਾਇਆ ਏ। ਅੱਲਾਹ ਨੇ ਹਾਜੀ ਇਨਾਇਤੁੱਲਾ ਉੱਤੇ ਕਰਮ ਫਰਮਾਇਆ ਏ, ਵੱਡੀ ਅਜ਼ਮੈਸ਼ੋਂ ਅੱਲਾਹ ਇਨਸਾਨ ਨੂੰ ਬਚਾਇਆ ਏ। ਅਸ਼ਰਫ ਗੁਨੇਗਾਰ ਸਿਰ ਸਜਦੇ ਵਿੱਚ ਪਾਇਆ ਏ, ਸਾਹਮਣੇ ਜੇ ਇਨਸਾਨ ਲਾਈ ਅੱਜ ਸਟੇਜ ਸੁਹਾਵਣਾ, ਕਰ ਲੈ ਕੋਈ ਨੇਕੀ ਵੇਲਾ ਹੱਥੀ ਨਹੀਂ ਆਉਣਾ। ਅੱਜ ਜਲਸਾ ਜੇ ਸ਼ੁਰੂ, ਅੱਜ ਜਲਸਾ ਜੇ ਸ਼ੁਰੂ ਸ਼ੁਦਾਏ ਅਹਿਲ ਹਦੀਸ ਇਸਲਾਮ ਦਾ, ਕਰਨੀ ਤਕਰੀਰ ਕਾਰੀ ਅਰੂਨ ਯਾਸਰ ਜੋ ਮੁਬੱਲਗ ਇਸਲਾਮ ਦਾ, ਸਾਰਾ ਇਲਾਕਾ ਕਾਰੀ ਅਰੂਨ ਯਾਸਰ ਨੂੰ ਜਾਣਦਾ, ਸੁਣ ਕੇ ਖਿਤਾਬ ਸਭਨਾ ਅਮਲ ਦੇ ਕਮਾਵਣਾ, ਦੁਨੀਆ ਵਿੱਚ ਰਹਿ ਕੇ ਬੰਦਿਆ ਰੱਬ ਨੂੰ ਨਾ ਭੁਲਾਵਣਾ। ਇਹ ਦੁਨੀਆ ਜੇ ਫਾਨੀ ਇੱਥੇ ਦਿਲ ਨੂੰ ਨਾ ਲਾਵਣਾ, ਦੁਨੀਆ ਵਿੱਚ ਰਹਿ ਕੇ ਬੰਦਿਆ ਨਾ ਰੱਬ ਨੂੰ ਭੁਲਾਵਣਾ, ਕਰ ਲੈ ਕੋਈ ਨੇਕੀ ਜਿੰਨੇ ਤੇਰੇ ਕੰਮ ਆਉਣਾ। ਸ਼ੇਰੇ ਪੰਜਾਬ ਮੌਲਾਨਾ ਸਾਹਿਬ ਮਨਜ਼ੂਰ ਨੇ, ਸ਼ੇਰੇ ਪੰਜਾਬ ਮੌਲਾਨਾ ਸਾਹਿਬ ਮਨਜ਼ੂਰ ਨੇ, ਸ਼ੇਰ ਪੰਜਾਬ ਲਕਬ ਤੇ ਲੱਗਦੇ ਵੀ ਸ਼ੇਰ ਨੇ, ਸ਼ੇਰ ਦੇ ਅੱਗੇ, ਸ਼ੇਰ ਦੇ ਅੱਗੇ ਗਿੱਦੜ ਹੋ ਜਾਂਦੇ ਜ਼ੇਰ ਨੇ। ਅੱਲਾ ਤੂੰ ਸ਼ੇਰ ਦੀ ਹਿਫਾਜ਼ਤ ਸਿਹਤ ਫਰਮਾਉਣਾ, ਕਰ ਲੈ ਕੋਈ ਨੇਕੀ ਵੇਲਾ ਹੱਥੀ ਨਹੀਂ ਆਉਣਾ। ਦੁਨੀਆ ਵਿੱਚ ਰਹਿ ਕੇ ਬੰਦਿਆ ਨਾ ਰੱਬ ਨੂੰ ਭੁਲਾਉਣਾ, ਕਰ ਲੈ ਕੋਈ ਨੇਕੀ ਵੇਲਾ ਹੱਥੀ ਨਹੀਂ ਆਉਣਾ। ਮੁਬੱਲਗ ਆਜ਼ਮ ਰਾਸਫ ਅਬਦੁਲ ਮਨਾਨ ਨੇ, ਮੁਬੱਲਗ ਆਜ਼ਮ ਰਾਸਫ ਅਬਦੁਲ ਮਨਾਨ ਨੇ, ਮੁਸੰਨਫ ਫਸੀਰ ਕੁਤਬ ਨਾਲੇ ਸ਼ੀਰੀ ਜ਼ਬਾਨ ਨੇ, ਸਾਰਿਆਂ ਪਾਈਆਂ ਸੁਣਨਾ ਨਾਲ ਧਿਆਨ ਨੇ, ਇਹਨਾਂ ਦਾ ਸਾਇਆ ਅੱਲਾ ਕਾਇਮ ਫਰਮਾਉਣਾ, ਕਰ ਲੈ ਕੋਈ ਨੇਕੀ ਵੇਲਾ ਹੱਥੀ ਨਹੀਂ ਆਉਣਾ। ਹਾਫਜ਼ ਉਮਰ ਫਰੂਕ ਸ਼ਾਕਰ ਬਹੁਤ ਮਸ਼ਹੂਰ ਨੇ, ਹਾਫਜ਼ ਉਮਰ ਫਰੂਕ ਸਾਹਿਬ ਸ਼ਾਕਰ ਬਹੁਤ ਮਸ਼ਹੂਰ ਨੇ, ਤਬਲੀਗ ਦੀ ਖਾਤਰ ਜਾਂਦੇ ਬੜੀ ਦੂਰ ਦੂਰ ਨੇ,
ਅੱਲਾ ਦੀ ਤਰਫ ਸਦਨਾ ਇਹੋ ਮਨਸ਼ੂਰ ਨੇ, ਅੱਲਾ ਤੂੰ ਇਹਨਾਂ ਦੀ ਹਿਫਾਜ਼ਤ ਫਰਮਾਉਣਾ, ਕੱਲ ਕੋਈ ਨੇਕੀ ਵੇਲਾ ਹੱਥੀ ਨਿਆਉਣਾ। ਆਖਰੀ ਤਕਰੀਰ ਨਬੀ ਸੈਯਦ ਸ਼ਾਹ ਸਬਤੈਨ ਨੇ, ਆਖਰੀ ਤਕਰੀਰ ਨਬੀ ਸੈਯਦ ਸ਼ਾਹ ਸਬਤੈਨ ਨੇ ਸੁਣੀ। ਤਕਰੀਰ ਹਰ ਇੱਕ ਭਾਈ ਤੇ ਭੈਣ ਨੇ, ਮੁਨਾਦੇ ਇਸਲਾਮ ਸਾਡੇ ਉਹ ਦਿਲ ਦੇ ਚੈਨ ਨੇ, ਇਹਨਾਂ ਦਾ ਕੰਮ ਸਭ ਨੂੰ ਦੀਨ ਸਮਝਾਵਣਾ, ਕਰ ਲੈ ਕੋਈ ਨੇਕੀ ਵੇਲਾ ਹੱਥੀ ਨਹੀਂ ਆਉਣਾ। ਗਲਤੀ ਕੋਈ ਹੋਵੇ ਤੁਸਾਂ ਮਾਫ ਫਰਮਾਵਣਾ, ਕਰ ਲੈ ਕੋਈ ਨੇਕੀ ਵੇਲਾ ਹੱਥੀ ਨਹੀਂ ਆਉਣਾ। ਇਹ ਦੁਨੀਆਂ ਜੇ ਫਾਨੀ ਇੱਥੇ ਦਿਲ ਨੂੰ ਨਾ ਲਾਉਣਾ। ਅਸਲਾਮ ਅਲੈਕੁਮ।